ਪਹਿਲਾਂ ਵੀ ਇਹ ਦੱਸ ਕਿ ਤੂੰ ਇੰਨੀ ਲੇਟ ਕਿਉਂ ਆਇਆ? ਸਕੂਲ ਤੋਂ ਘਰ ਚਲ ਗਿਆ ਸੀ। ਕਿਹੜੇ ਦੋਸਤ? ਕਿਹੋ ਜਿਹੇ ਤੇਰੇ ਦੋਸਤ ਨੇ? ਰੁਕ ਵੀ ਜਾਓ ਨਾ, ਪਾਣੀ ਦੇ ਦਿੰਦੇ ਬੱਚੇ ਨੂੰ। ਵਾਹ, ਮੈਂ ਰੁਕ ਜਾਵਾਂ। ਰੁਕ ਵੀ ਜਾਓ, ਇੱਧਰ ਆ ਜਰਾ। ਕਿਹੜੇ ਤੇਰੇ ਦੋਸਤ? ਕਿਉਂ ਰੋਜ਼ ਲੇਟ ਨਾ, ਕਿਉਂ ਮੈਨੂੰ ਤੰਗ ਕੀਤਾ? ਡੈਡੀ 10 ਮਿੰਟ ਤੇ ਲੇਟ ਹੋਇਆ, ਐਵੇਂ ਬੋਲੀ ਜਾਣ ਦਿਓ। 10 ਮਿੰਟ ਮੈਂ ਲੇਟ ਹੋ ਗਿਆ। ਤੇਰਾ ਰੋਜ਼ ਦਾ ਕੰਮ ਹੋ ਗਿਆ। ਗਾਂ ਤਾਂ ਸੁਣ ਲੈ ਮੇਰੀ ਗੱਲ। ਆ ਕੀ ਹੈ, ਇਹ ਕੀ ਹੈ? ਮੈਂ ਤੈਨੂੰ ਪੁੱਛਦਾ ਪਿਆ। ਮੇਰੇ ਦੋਸਤ ਹੈ ਡੈਡੀ। ਕਿਹੜਾ ਦੋਸਤ? ਪੜ੍ਹਾਈ ਕਰਨ ਜਾਣਾ ਹੈ ਕਿ ਇਹ ਦੇਖ ਜਾਣਾ? ਦੋਸਤ ਨੂੰ ਦੇਖ ਗਈ ਕੱਲ ਤੋਂ, ਇਹ ਮੈਂ ਹੱਥ ਨਾਲ ਦੇਖਾਂ ਤੇਰੇ, ਠੀਕ ਹੈ ਨਾ? ਤੰਗ ਆ ਗਏ।
ਕਿੰਨੀ ਮਾੜੀ ਸੋਚੀ। ਅੱਜ ਉਹ ਦਿਨ ਮੈਨੂੰ ਭੁਗਤਣਾ ਪਿਆ। ਇਹ ਸੋਚਣ ਵਾਲੀ ਕੋਈ ਗੱਲ ਨਹੀਂ ਹੁੰਦੀ, ਜੋ ਕਿਸਮਤ 'ਚ ਲਿਖਿਆ ਨਾ ਸੋ ਹੀ ਭੁਗਣਾ ਪੈਂਦਾ ਇਨਸਾਨ ਨੂੰ। ਕਾਸ਼ ਮੈਂ ਰੱਬ ਕੋ ਠੀ ਮੰਗ ਲੈਂਦਾ, ਮੈਨੂੰ ਅੱਜ ਦਿਨ ਨਾ ਦੇਖਣਾ ਪੈਂਦਾ। ਆਪਣੀ ਸ਼ਕਲ ਵੀ ਦੇਖੀ ਹੋ, ਪੈਸੇ ਚਾਹੀਦੇ ਪੈਸੇ। ਬੋਲਣ ਦੀ ਤਲੀਮ ਨਹੀਂ ਕਿਹਾ ਤੁਹਾਡੇ ਨਾਲ, ਕਿਸਾ ਗੱਲ ਕਰੀ ਦੀਆ ਤੁਹਾਨੂੰ ਪੜਿਆ ਆਉਂਦਾ ਪਤਾ ਬਾਪੂ ਉਹਦੇ ਚਾਚਾ ਨਹੀਂ ਹੁੰਦੇ ਆ? ਉਹ ਹੈਗਾ ਤੇ ਚਾਚਾ ਹੀ ਆ, ਉਹ ਆਹ ਬੜਾ ਪੌਂਦਾ ਕੰਮ ਕਰਨ ਦਿਆ ਸੀ। ਉਹ ਯਾਰ ਵਾਕਈ ਹੋਇਆ ਵੇਖੀਏ, ਉਹ ਲੈ ਉਹ ਇੱਧਰ ਨੂੰ ਆਈ ਜਾਂਦਾ ਸੀ। ਉਹ ਤੇਰਾ ਬੜਾ ਉਹ ਛੱਛੜੀ ਕਰ ਦੇ ਕਿੱਦਾਂ ਜੇ ਚਾਚਾ, ਉਹ ਆਹ ਬੜਾ ਵਧੀਆ ਕੰਮ ਕੀਤਾ ਉਹ ਜਿਹੜਾ ਤੂੰ ਨਿਆਣਿਆਂ ਨੂੰ ਸੜਕ ਪਾ ਕਰਾਤੀ। ਉਹ ਪੁੱਤ ਪਤਾ ਗੱਲ ਕੀ ਆ, ਹੈ ਭਾਵੇਂ ਮੈਂ ਜਿੱਦਾਂ ਦਾ ਮਰਜ਼ੀ ਆ, ਭਾਵੇਂ ਮੈਂ ਜਿੱਦਾਂ ਦਾ ਹੈ ਲੋਕਾਂ ਨੂੰ ਮਾੜਾ ਚੰਗਾ ਬੋਲਦਾ, ਪਰ ਮੈਂ ਦੇਸ਼ ਭਗਤੀ ਸੇਵਾ ਜ਼ਰੂਰ ਕਰਦਾ। ਇਹ ਲੋਕ ਭਲਾਈ ਸੇਵਾ ਕਰਨਾ ਮੇਰਾ ਫਰਜ਼ ਬਣਦਾ। ਨਿੱਕੇ ਨਿੱਕੇ ਬੱਚੇ ਵਿਚਾਰੇ ਮੱਕਾ ਸੜਕ ਪਾਰ ਕਰਾ ਜੀ, ਤੁਸੀਂ ਵੀ ਕਰਿਆ ਕਰੋ ਨਾ, ਵਿਹਲੇ ਨਾ ਰਿਹਾ ਕਰੋ। ਚੱਲ ਓਏ, ਇੰਨਾ ਚੰਗਾ ਕੰਮ ਕੀਤਾ ਨਾ ਚਾਚੇ ਨੇ। ਅਤੇ ਮੈਂ ਕਰਦਾ ਹੀ ਆ ਚੰਗੇ ਕੰਮ ਕਿ ਤੁਹਾਡੇ ਕੋਲ ਵਿਹਲਾ ਤੇ ਨਹੀਂ ਹੈ, ਗੱਲਾਂ ਮਾਰ ਜਾ ਫਿਰ ਜਾ ਬੂਟੇ ਜਾਂ ਖਲੋਤੇ ਜਾਂ ਮੇਰਾ ਵਾਤਾ ਵਾਲਾ ਬੋਲਿਓ ਪਤਾ ਮੈਨੂੰ ਸੰਤੋਖ ਕਰਨ ਜਾਵੇ ਸਿੱਤਰ ਖਾਣ ਆ ਤੂੰ ਜਾ ਕੇ ਜਾ ਜਾ ਕੇ ਸੋਚ ਲੈ। ਕੌਣ ਹੈ? ਸਤਿ ਸ੍ਰੀ ਅਕਾਲ ਭਰਜਾਈ। ਸਤਿ ਸ੍ਰੀ ਅਕਾਲ। ਬੱਲੇ ਕਿੱਥੇ? ਉਹ ਘਰ ਨਹੀਂ ਗਏ, ਬੜੇ ਆ ਜਾਂਦੇ ਆ ਇੱਥੋਂ। ਚੰਗਾ ਫਿਰ ਕੌਣ ਸੀ? ਬਸ ਉਹ ਸੀ ਤੁਹਾਡਾ ਦੋਸਤ ਭੱਟੀ ਸ਼ਰਾਬੀ। ਤੂੰ ਕੀ ਕਹਿ ਮੈਨੂੰ? ਹੁਣ ਮੈਂ ਕਿਹਾ ਉਹ ਘਰ ਨਹੀਂ ਹੈਗੇ। ਤੂੰ ਕੌਣ ਹੋ? ਤੈਨੂੰ ਲੋਕਾਂ ਨੂੰ ਮੇਰੇ ਘਰ ਕੋਈ ਆਉਂਦਾ ਕੋਈ ਜਾਂਦਾ?
ਸਾਰੀ ਜ਼ਿੰਦਗੀ ਮੇਰੀ ਇਸੇ ਤਰ੍ਹਾਂ ਲੰਘ ਗਈ ਆ। ਠੀਕ ਆ ਪਾਪਾ ਜੀ, ਤੁਹਾਡੇ ਜਿਗਰੀ ਯਾਰ ਨੇ, ਤੁਸੀਂ ਉਹਨਾਂ ਨੂੰ ਨਹੀਂ ਛੱਡ ਸਕਦੇ, ਘੱਟੋ ਘੱਟ ਸ਼ਰਾਬ ਤੇ ਛੱਡ ਸਕਦੇ ਹੋ ਨਾ। ਮੈਂ ਕਿੰਨੀ ਕੁ ਪੀਂਦਾ ਸ਼ਰਾਬ? ਡੈਡੀ ਜੀ ਕਸਮ ਖਾਓ, ਤੁਸੀਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਓਗੇ। ਧੀਏ ਮੈਂ ਕਸਮ ਖਾਂਦਾ, ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਣੀ। ਨਹੀਂ ਧੀਏ, ਸਾਰੀ ਜ਼ਿੰਦਗੀ ਮੇਰੀ ਇਸੇ ਤਰ੍ਹਾਂ ਲੰਘ ਗਈ ਆ। ਡੈਡੀ ਜੀ ਇਤਰਾ ਨਹੀਂ, ਤੁਸੀਂ ਮੇਰੇ ਸਿਰ ਤੇ ਹੱਥ ਰੱਖ ਕੇ ਕਸਮ ਖਾਓ ਕਿ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਓਗੇ। ਧੀਏ ਅੱਜ ਮੈਂ ਤੇਰੇ ਸਿਰ ਦੀ ਸੌ ਖਾਂਦਾ ਵਾ, ਅੱਜ ਤੋਂ ਬਾਅਦ ਮੈਂ ਕਦੇ ਵੀ ਸ਼ਰਾਬ ਨਹੀਂ ਪੀਵਾਂਗਾ। ਕੋਮਲ ਕੀ ਕਹਿ ਰਹੇ ਸੀ ਉਹ ਲੜਕਾ? ਪਤਾ ਹੀ ਇਹਨਾਂ ਦੀ ਤੁਹਾਨੂੰ, ਅੱਜ ਕੱਲ ਕੱਲੀਆਂ ਕੁੜੀਆਂ ਨੇ ਵੇਖ ਕੇ ਮੁੰਡੇ ਕਿਸਤਾ ਛੇੜਦੇ ਨੇ, ਇਹਨਾਂ ਨੂੰ ਮਾਂ ਭੈਣ ਦੀ ਇੱਜ਼ਤ ਕਰਨੀ ਨਹੀਂ ਆਉਂਦੀ। ਤਲਾਬ ਇੱਥੇ ਦਾ ਕੋਈ ਨੀ ਪੁੱਤਰ, ਜਿੰਨਾ ਚਿਰ ਤੇਰਾ ਸਰਪੰਚ ਅੰਕਲ ਪਿੰਡ ਚ ਜੀਂਦਾ ਨਾ, ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨੀ, ਇਹੋ ਜਿਹੇ ਮੈਂ ਆਪੇ ਸਿੱਧੇ ਕਰ ਲੂੰਗਾ। ਸੰਸਾਰ ਦੇ ਤੁਹਾਡਾ ਨਾਂ ਉੱਚਾ ਹੋਏਗਾ। ਸਭ ਉਸ ਪਰਮਾਤਮਾ ਦੀ ਕਿਰਪਾ ਹੈ ਜੀ। ਕਾਸ਼ ਮੇਰਾ ਬੇਟਾ ਵੀ ਤੁਹਾਡੇ ਵੱਲ ਹੁੰਦਾ, ਤੁਹਾਡੇ ਜੈਸੇ ਕੰਮ ਕਰਦਾ, ਤੁਹਾਨੂੰ ਵੇਖ ਕੇ ਕੰਮ ਕਰਦਾ। ਪਰ ਮੈਂ ਬਹੁਤ ਉੱਤੋਂ ਜੱਗੀ ਉਹ ਚਾਚਾ ਜੀ, ਅਸੀਂ ਬੜਾ ਸਮਝਾਇਆ ਉਸਨੂੰ, ਉਹ ਨਹੀਂ ਇਹ ਸਮਝਦਾ। ਹਾਂ ਜੱਗੀ ਪੁੱਤਰ, ਮੈਂ ਕੀ ਕਰਾਂ ਕੀ ਕਰਾਂ, ਵਾਹਿਗੁਰੂ ਠੀਕ ਕਰਨ ਨਾਲ ਉਹਨੂੰ ਵਧੀਆ ਰਸਤੇ ਦੇ। ਤੁਸੀਂ ਚਿੰਤਾ ਨਾ ਕਰੋ ਚਾਚਾ ਜੀ, ਜਿੱਥੇ ਪਿੰਡ ਦੇ ਇੰਨੇ ਮੁੰਡਿਆਂ ਨੇ ਨਸ਼ਾ ਛੱਡਤਾ ਹੈ, ਉਹ ਵੀ ਇੱਕ ਦਿਨ ਛੱਡ ਜੂਗਾ। ਚਲੋ ਬਸ ਵਾਹਿਗੁਰੂ ਉਹਦਾ ਅਸੀਂ ਅਰਦਾਸ ਕਰਦੇ ਹਾਂ, ਅਤੇ ਤੁਸੀਂ ਵੀ ਰਲ ਕੇ ਅਰਦਾਸ ਕਰੋ, ਠੀਕ ਹੋ ਜਾਏ, ਸਿੱਧੇ ਰਸਤੇ ਪੈ ਜਾਏ, ਤੁਹਾਡੇ ਨਾਲ ਰਲ ਕੇ ਉਹ ਵੀ ਪਿੰਡ ਦੇ ਅੱਛੇ ਕੰਮ ਕਰੇ। ਠੀਕ ਹੈ ਚਾਚਾ ਜੀ, ਚੰਗਾ ਚਾਚਾ ਜੀ, ਚੱਲਦੇ ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੱਸੋ ਜੀ। ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਮੈਂ ਹੈਪੀ ਜੀ ਨਾਲ ਗੱਲ ਕਰਨੀ। ਲਓ ਜੀ ਹੈਪੀ ਜੀ ਨਾਲ ਕਰ ਲਓ ਗੱਲ, ਕਰੋ ਜੀ। ਹੈਪੀ ਜੀ, ਮੈਂ ਤੁਹਾਨੂੰ ਬਹੁਤ ਦਿਨਾਂ ਤੋਂ ਮਿਲਣਾ ਚਾਹੁੰਦੀ ਸੀ, ਅੱਜ ਉਹ ਟਾਈਮ ਆ ਹੀ ਗਿਆ। ਕਿਉਂ ਨੇ ਪ੍ਰੀਤ, ਤੇਰਾ ਜਦੋਂ ਦਿਲ ਕਰਦਾ ਤੂੰ ਸਾਡੇ ਕੋਲ ਆ ਜਾ ਕਰ। ਹੈਪੀ ਜੀ, ਤੁਸੀਂ ਇਹ ਜਿਹੜਾ ਲੋਕ ਭਲਾਈ ਵਾਲਾ ਕੰਮ ਕਰਦੇ ਪਏ ਹੋ, ਮੈਨੂੰ ਬਹੁਤ ਵਧੀਆ ਲੱਗਦਾ ਪਿਆ। ਪ੍ਰੀਤ, ਪਰ ਤੂੰ ਜਿਹੜਾ ਪੁਰਾਣਾ ਤੇਰਾ ਨਵਾਂ ਕਦਮ ਚੁੱਕਿਆ ਹੈ ਨਾ, ਇਹ ਵੀ ਬਹੁਤ ਚੰਗਾ ਹੈ। ਤੇ ਮੈਂ ਵੀ ਤੁਹਾਡੀ ਸੰਸਥਾ ਦੇ ਨਾਲ ਜੁੜਨਾ ਚਾਹੁੰਦੀ ਹਾਂ। ਪ੍ਰੀਤ, ਤੂੰ ਜਦੋਂ ਚਾਹੇ ਸਾਡੀ ਸੰਸਥਾ ਵਿੱਚ ਆ ਸਕਦੀ ਹੈ। ਗੱਲਾਂ ਖਤਮ ਹੋ ਗਈਆਂ ਜੀ ਤੁਹਾਡੀਆਂ, ਚੱਲ ਯਾਰ ਚੱਲੀਏ, ਕੰਮ ਬਥੇਰੇ ਨੇ। ਚੱਲ ਯਾਰ, ਸਤਿ ਸ਼੍ਰੀ ਅਕਾਲ ਜੀ। ਆਓ ਜੀ ਆਓ ਠੰਡਦਾਰ ਸਾਹਿਬ। ਹਾਂਜੀ, ਕੀ ਹਾਲ ਅੱਜ, ਕਿਸ ਤਰ੍ਹਾਂ ਆਉਣੇ ਹੋਏ, ਬੈਠੋ ਬੈਠੋ। ਤੁਹਾਡੇ ਬੇਟੇ ਨੇ ਨਾ ਲੋਕਾਂ ਦੀਆਂ ਧੀਆਂ ਭੈਣਾਂ ਛੇੜਨ ਦੀ ਖੇਡ ਬਣਾ ਲਈ ਹੋਈ ਹੈ, ਅਤੇ ਮੈਂ ਨਹੀਂ ਇਸ ਗੱਲ ਚਾਹੁੰਦਾ ਕਿ ਤੁਸੀਂ ਪਿੰਡ ਦੇ ਸੂਝਵਾਨ ਬੰਦੇ ਹੋ ਅਤੇ ਤੁਹਾਡੇ ਨਾਲ ਕੋਈ ਬਦਤਮੀਜ਼ੀ ਕੀਤੀ ਜਾਵੇ। ਠੰਡਦਾਰ ਸਾਹਿਬ, ਮੈਂ ਤੁਹਾਨੂੰ ਕੀ ਦੱਸਾਂ, ਮੈਨੂੰ ਉਹਨੇ ਜੀਣ ਜੋਗਾ ਨਹੀਂ ਛੱਡਿਆ,
ਰੋਜ਼ ਉਹਦੇ ਉਲਾਮੇ ਆਉਂਦੇ ਮੈਂ ਕੀ ਦੱਸਾਂ ਮੈਂ ਬਹੁਤ ਪਰੇਸ਼ਾਨ ਹਾਂ ਤੁਹਾਨੂੰ ਕੀ ਦੱਸਾਂ ਤੁਸੀਂ ਜੋ ਕਾਰਵਾਈ ਕਰਦੇ ਆ ਤੁਸੀਂ ਆਪਣੀ ਕਾਰਵਾਈ ਕਰੋ ਇਸ ਵਾਰ ਤੁਹਾਨੂੰ ਮੈਂ ਬਖਸ਼ ਦਿੰਦਾ ਵਾਂ ਲੇਕਿਨ ਕੋਈ ਦੁਬਾਰਾ ਹਰਕਤ ਕੀਤੀ ਤਾਂ ਮੈਂ ਨਹੀਂ ਬਖਸ਼ਣਾ ਸ਼ਬਦ ਵਿਚ ਕਰ ਰਹੇ ਹਾਂ ਬੜੇ ਪਿਆਰ ਦੇ ਨਾਲ